ਆ ਸਸਤੀਆਂ ਟਿਊਬਾਂ ਆਉਂਦੀਆਂ 85 ਰੁਪਏ ਐਮ ਆਰ ਪੀ, 12 ਰੁਪਏ ਦੇ ਦਾਂਗਾ ਤੁਹਾਨੂੰ, 85 ਰੁਪਏ ਐਮ ਆਰ ਪੀ, ਤੁਹਾਨੂੰ 12 ਰੁਪਏ ਦਾ ਫੇਸ ਵਾਸ਼ ਦੇ ਦਾਂਗਾ। ਜਿੱਥੇ ਮਰਜ਼ੀ ਘੁੰਮ ਲਓ ਤੁਹਾਨੂੰ 15 ਰੁਪਏ ਤੋਂ ਥੱਲੇ ਨਹੀਂ ਮਿਲੇਗਾ। ਕਿਸੇ ਨੂੰ ਕਹੋਗੇ ਨਾ 20 ਦਰਜਨ ਲੈਣਾ, ਉਹਨੇ ਕਹਿਣਾ 180 ਰੁਪਏ ਦਰਜਨ, ਤੁਹਾਡਾ ਭਰਾ 144 ਰੁਪਏ ਦਰਜਨ ਤੁਹਾਨੂੰ ਫੇਸ ਵਾਸ਼ ਦੇਗਾ। ਠੀਕ ਹੈ ਜੀ, ਆ ਜਾਓ। ਐਚ ਆਰ ਲੱਗੇ ਆ ਸਾਰੇ, ਆਹ ਦੇਖੋ ਇਹ ਜੈੱਲ ਲੱਗੀ ਐਲੋਵੀਰਾ, ਐਲੋਵੀਰਾ ਜੈੱਲ ਦੇ ਉੱਤੇ 80 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ, ਤੁਹਾਨੂੰ ਕਿੰਨੇ ਦੀ ਪੈਣੀ? 30 ਰੁਪਏ ਦੀ। 80 ਰੁਪਏ ਐਮ ਆਰ ਪੀ, 30 ਰੁਪਏ ਦੀ। ਦੱਸੋ ਇੱਕ ਵਾਰੀ ਤੇ ਨਾ ਤੁਸੀਂ ਮੇਰੀ ਵੀਡੀਓ ਦੇਖ ਕੇ ਖੁਸ਼ ਹੋਵੋਗੇ ਵੀ ਹਾਂ ਇੰਨੇ ਘੈਂਟ ਪ੍ਰਾਈਸ। ਕਈ ਮੇਰੇ ਕਸਟਮਰ ਜਿਹੜੇ ਨਵੇਂ ਜੁੜਦੇ ਆ ਹਨਾ, ਉਹ ਮੈਨੂੰ ਪਹਿਲੇ ਫੋਨ ਕਰਦੇ ਆ, ਭਾਅ ਜੀ ਤੁਹਾਡੀ ਵੀਡੀਓ ਦੇਖੀ ਆਪਾਂ ਫੇਸਬੁੱਕ 'ਤੇ, ਅਤੇ ਤੁਸੀਂ ਸੱਚੀ ਇੰਨਾ ਘੱਟ ਪ੍ਰਾਈਸ ਦੇ ਮਾਲ ਵੇਚਦੇ ਹੋ। ਪ੍ਰਭੂ ਜੀ ਮੇਰੇ ਵੀਵਰਸ ਕਸਟਮਰਸ, ਇਹ ਰਿਐਲਿਟੀ ਹੈ, ਇਹ ਓਰਿਜਨਲ ਪ੍ਰੋਡਕਟ ਨੇ ਔਰ ਰੀਅਲ ਰੇਟ ਨੇ ਸਭ ਤੋਂ ਵੱਡੀ ਗੱਲ। ਇਹ ਕੋਈ ਫੇਕ ਰੇਟ ਨਹੀਂ ਹੈਗੇ, ਇਹ ਕੋਈ ਆਪਾਂ ਅੱਜ ਵੀਡੀਓ ਬਣਾਉਣੀ ਹੈ ਕੱਲ੍ਹ ਡਿਲੀਟ ਨਹੀਂ ਕਰਨੀ। ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ, ਸਾਲ ਸਾਲ ਪੁਰਾਣੀਆਂ ਮੇਰੀਆਂ ਵੀਡੀਓ, ਉਹੀ ਰੇਟ ਨੇ। ਤੁਹਾਡਾ ਭਰਾ ਘਾਟਾ ਵਾਧਾ ਨਹੀਂ ਦੇਖਦਾ, ਜੇ ਅੱਜ ਤੁਹਾਡੇ ਭਰਾ ਨੇ ਕੋਈ ਰੇਟ ਦੱਸਿਆ ਨਾ, ਤਾਂ 6 ਮਹੀਨੇ ਬਾਅਦ ਤੁਸੀਂ ਚੀਜ਼ ਲੈ ਲਓਗੇ, ਉਹੀ ਰੇਟ ਦੇਵਾਂਗਾ ਤੁਹਾਨੂੰ, ਸਭ ਤੋਂ ਵੱਡੀ ਗੱਲ। ਇਹ ਦੇਖੋ ਇਹ ਲਾਈਨ ਨਮਸਕਾਰ ਹੀ ਲੱਗੇ ਨੇ, ਹੁੱਡਾ ਬਿਊਟੀ ਦਾ ਲਾਈਨ ਨਮਸਕਾਰ ਹੈ। 85.95 ਐਮ ਆਰ ਪੀ ਹੈ ਪਰ ਪੀਸ ਦੇ ਉੱਤੇ, ਚੈੱਕ ਕਰੋ। ਇਹ ਦੇਖੋ ਪਰ ਪੀਸ ਦੇ ਉੱਤੇ ਐਮ ਆਰ ਪੀ 95, ਤੁਹਾਨੂੰ ਕਿੰਨੇ ਦਾ ਪੈਂਦਾ? 12 ਰੁਪਏ ਦਾ। 95 ਐਮ ਆਰ ਪੀ, ਸਿਰਫ 12 ਰੁਪਏ ਦਾ ਤੁਹਾਨੂੰ ਲਾਈਨਰ ਮਸਕਾਰਾ ਪੈਣਾ। ਦੇਖੋ ਕੰਪਨੀ ਦਾ ਲੈਣਾ, ਕੰਪਨੀ ਦਾ ਵੀ ਹੈਗਾ। ਇਹ ਦੇਖੋ ਇਹ ਰੈਂਬਲ ਹੈ, ਠੀਕ ਹੈ ਜੀ, ਆਪਣਾ ਬਲੂ ਹੈਵਨ ਹੈ, 7 ਸੀਜ਼ ਹੈ, ਸਿਰਫ 30-30 ਰੁਪਏ ਦੇ ਲਾਈਨਰ ਮਸਕਾਰੇ ਨੇ। 100-100 ਰੁਪਏ, 70-70, 80-80 ਰੁਪਏ ਐਮ ਆਰ ਪੀ, ਜਿੰਨੇ ਦਾ ਮਰਜ਼ੀ ਸੇਲ ਕਰ ਦਿਓ। ਠੀਕ ਹੈ ਜੀ, ਇਹ ਦੇਖੋ ਇਹ ਇੱਤਰ ਹੁੰਦੇ ਆ, ਇਹ ਰੋਲ ਓਨ ਇੱਤਰ ਹੈ, 2 ਦਿਨ ਫਰੈਗਨੈਂਸ ਨਹੀਂ ਜਾਂਦੀ, ਮੈਂ ਡੱਬਾ ਖੋਲਿਆ ਮੈਨੂੰ ਫਰੈਗਨੈਂਸ ਆਉਣ ਲੱਗ ਗਈ ਹੈ। ਐਮ ਆਰ ਪੀ ਕਿੰਨੀ ਹੈ? 125 ਰੁਪਏ, ਤੁਹਾਨੂੰ ਕਿੰਨੇ ਦਾ ਪੈਣਾ? 48 ਰੁਪਏ ਦਾ। ਦੱਸੋ ਤੁਹਾਨੂੰ ਨੈੱਟ ਰੇਟ ਦੇਗਾ ਤੁਹਾਡਾ ਭਰਾ, ਨੈੱਟ ਰੇਟ। ਠੀਕ ਹੈ ਜੀ, ਇਹ ਦੇਖੋ ਬਲੀਚਾਂ ਲੱਗੀਆਂ, ਇਹ D10 ਦੀ ਬਲੀਚ ਹੈ ਜੀ, ਫਰੂਟ ਗੋਲਡ ਹੈ ਨਾ, ਡਾਇਮੰਡ, ਹਲਦੀ, ਚੰਦਨ, ਮੈਂਗੋ। 75 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ, 75 ਰੁਪੀਜ਼ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ, ਤੁਹਾਨੂੰ ਕਿੰਨੇ ਦੀ ਪੈਣੀ? 18 ਰੁਪਏ ਦੀ, ਸਿਰਫ 18 ਰੁਪਏ ਦੀ ਤੁਹਾਨੂੰ ਪੈਣੀ ਹੈ, ਔਰ ਸੇਲ ਤੁਸੀਂ ਕਰਨੀ ਜਿੰਨੇ ਦੀ ਕਰਨੀ। ਆਹ ਦੇਖੋ ਅੱਜ ਦੀ ਰੇਟ 'ਚ, ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਹਾਈਲਾਈਟ ਹੋਣ ਵਾਲੀ ਚੀਜ਼ ਆਦਿਵਾਸੀ 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 ਚੱਲ ਰਿਹਾ। ਠੀਕ ਹੈ ਜੀ, ਇਹ ਆਦਿਵਾਸੀ ਓਇਲ ਹੈ, ਆਦਿਵਾਸੀ ਤੇਲ ਹੈ, ਕਿੰਨੇ ਦਾ ਪੈਣਾ? 60 ਰੁਪਏ। ਠੀਕ ਹੈ ਜੀ, 60 ਰੁਪਏ ਦਾ ਤੁਹਾਨੂੰ ਪੈਣਾ ਹੈ, 100 ਰੁਪਏ ਐਮ ਆਰ ਪੀ ਹੈ, ਕੰਪਨੀ ਰਜਿਸਟਰਡ ਹੈ। ਸਭ ਤੋਂ ਵੱਡੀ ਗੱਲ, ਫੇਕ ਬਹੁਤ ਚੱਲ ਰਿਹਾ ਆਦਿਵਾਸੀ, ਇਹ ਫੇਕ ਨਹੀਂ ਹੈਗਾ, ਕੰਪਨੀ ਦਾ ਓਰਿਜਨਲ ਪੀਸ ਹੈ, ਕੰਪਨੀ ਦਾ ਰਜਿਸਟਰਡ ਪੀਸ ਹੈ। 60 ਰੁਪਏ, 100 ਰੁਪਏ ਦੀ ਐਮ ਆਰ ਪੀ ਹੈ ਜੀ।